अस्सलाम वालेकुम। वालेकुम सलाम। की हाल है भाई? ठीक हो? बिस्मिल्लाह जनाब। और तुम ये ठीक है? जी अल्लाह का शुक्र जनाब। कम शाम दी सलाम। बड़ा अल्लाह का करम। शुक्र है अल्हम्दुलिल्लाह जी। ये दुकान का दरवाजा क्यों नहीं खोल के रखते? कुछ पेड़ा मारना था तुम भाई जनाब। शीशे लगवाए ने दुकान दी, जरा डेकोरेशन होती है, कस्टमर देख के जरा अंदर आ जाता है। ये शीशे मैं कहा पता नहीं हमाम है कोई। हमाम तो कटिंग कराना है यार। स्पोर्ट्स का सामान ਤੁਹਾਡੇ ਕੋਲ ਸਾਰਾ? ਹਾਂ ਸਪੋਰਟ ਦਾ ਹੀ, ਔਰ ਤੇ ਗੁੱਲੀ ਡੰਡਾ ਰੱਖਿਆ ਸੀ। ਉਹ ਵੀ ਰੱਖਿਆ ਤੁਸੀਂ? ਯਾਰ ਸਪੋਰਟ ਦਾ ਹੀ ਹੈ ਸਾਰਾ ਸਮਾਨ ਬਾਊ। ਆਹੋ ਤੁਹਾਡਾ ਆਪਣਾ ਕਿਤੇ ਹੈ ਤੇ ਸਪੋਰਟ ਦਾ ਸਾਰਾ? ਤੁਸੀਂ ਲੈਣਾ ਕੀ ਹੈ? ਮੈਂ ਤੇਰਾ ਸਾਹ ਲੈਣਾ ਸੀ, ਮੈਂ ਦੂਰੋਂ ਆਇਆ ਜਰਾ, ਫਿਰ ਮੈਂ ਤੁਹਾਨੂੰ ਦੱਸ। ਸਾਹ ਕੇ ਦੌੜਦਾ ਹੈ? ਨਹੀਂ ਸਮਾਨ ਤੇ ਤੁਹਾਡੇ ਕੋਲ ਸਾਰਾ ਹੀ ਪਿਆ ਮਾਸ਼ਾ। ਹਾਂਜੀ ਅੱਲਾਹ ਦਾ ਸ਼ੁਕਰ ਹੈ ਭਾਈ ਸਾਹਿਬ। ਬੜੀ ਗੱਲ ਹੈ ਯਾਰ। ਹਰ ਸ਼ਾਇਦ ਦੇਖੋ, ਸ਼ਲਡਾਂ, ਟਰੋਜ਼ਰ, ਵਰਲਡ ਕੱਪ, ਹਰ ਸ਼ਾਇਦ। ਵਰਲਡ ਕੱਪ ਤੁਹਾਡੇ ਕੋਲ ਹੀ? ਨਹੀਂ ਬਸ ਕੇ ਸੀ ਇਹ ਦੇਨੇ ਆ ਕੱਪ, ਕੁਝ ਲੋਕ ਆਂਦੇ ਨੇ ਨਾ ਮੈਚਾਂ ਲੈ। ਅੱਛਾ 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 ਜੀ ਜੀ। ਆਏ ਗਏ ਨੂੰ ਨਾ ਕੋ ਚਾਹ ਦਾ ਕੱਪ ਵੀ ਪੁੱਛੀਦਾ ਹੁੰਦਾ, ਜਿੱਦ ਤੁਸੀਂ ਇਹਨੇ ਕੱਪ ਲਾਏ ਉੱਥੇ। ਤੁਸੀਂ ਆਪਣਾ ਕੱਪ ਲੈ ਕੇ ਆਏ? ਮੈਂ ਆਪਣਾ ਕੱਪ ਖਰਾਬ ਕਰਾਣਾ ਤੁਹਾਨੂੰ ਇਹ ਚਾਹ ਪਿਆ ਕੇ? ਅੱਛਾ ਮੈਂ ਆਪਣਾ ਕੱਪ ਲਿਆਵਾਂ? ਤੁਹਾਡੇ ਕੋਲ ਅੱਛਾ ਕੱਪ ਹੈ ਨਹੀਂ ਕੋਈ? ਮੇਰੇ ਕੋਲ ਅੱਛੇ ਕੱਪ ਨੇ ਨਾ, ਕੋਈ ਅੱਛਾ ਬੰਦਾ ਹੋਵੇ ਤਾਂ ਉਹਨੂੰ ਇਹ ਕੱਪ ਦੇ ਦੇਣੇ। ਭਾਜੀ ਇਹ ਦੁਨੀਆ ਜਿਹੜੀ ਹੈ ਨਾ ਭਾਜੀ, ਕੱਪ ਛੱਪ ਹੀ ਹੈ। ਅੱਛਾ ਜੀ ਬੈਟ ਵੀ ਤੁਹਾਡੇ ਕੋਲ ਹੈ ਨੇ? ਜੀ ਆ। ਸਾਰੇ ਖਿਡਾਰੇ ਵਿਚਾਰੇ ਥੱਕਦੇ ਨਹੀਂ ਯਾਰ? ਭਾਜੀ ਨੂੰ ਮੈਂ ਮੰਜੀ ਤੇ ਲੰਮੇ ਪਾ ਦਿਆਂ ਨਾ। ਉਹ ਬੜੀ ਦੇਰ ਦੇ ਵਿਚਾਰੇ ਸਟੈਂਡ ਤੇ ਲੱਗੇ ਹਨ। ਖਿਡਾਰੀ ਦੇ ਹੀ ਨੇ। ਅੱਛਾ ਬੈਟ ਇਸ ਤਰ੍ਹਾਂ ਮਤਲਬ? ਹਾਂਜੀ ਖਿਡਾਰ ਨਹੀਂ ਪਾਉਂਦਾ ਇਹਨਾਂ। ਨਹੀਂ ਅਗਰ ਜਿਉਂਦੇ ਪਏ ਹੁਣ ਤੇ ਕੋਈ ਨਹੀਂ ਰਹਿੰਦਾ ਇਹਨਾਂ ਨੂੰ। ਜਿਉਂਦੇ ਪਏ ਹੁਣ ਕੀ ਮੜਾ ਅਫਸੋਸ ਕਰਨਾ ਕਿਸੇ ਨੇ? ਆ ਅੱਛੀ ਗੱਲ। ਤੇ ਇਹ ਕੀ ਹਿਸਾਬ ਹੈ ਬੈਟ ਦਾ, ਕਿੰਨੇ ਕੁ ਦਾ ਆਲਾ ਤੁਹਾਡੇ ਕੋਲ ਹੈਗਾ? ਸਾਡੇ ਕੋਲ ਬੜਾ ਬੜਾ ਮਹਿੰਗਾ ਬੈਟ ਹੈਗਾ ਜੀ। ਅੱਛਾ ਮਹਿੰਗੇ ਬੈਟ ਹੈ ਤੁਹਾਡੇ ਕੋਲ? ਹਾਂਜੀ। ਤੇ ਕੋਈ ਮਕਾਨ ਵੇਚ ਕੇ ਬੈਟ ਲੈਣਾ ਪਏਗਾ? ਕਿੱਡਾ ਕੁ ਮਹਿੰਗਾ? ਯਾਰ ਦੇਖੋ 10,000 ਦਾ ਹੈ, 20,000 ਦਾ ਹੈ, 50,000 ਦਾ, ਲੱਖ ਦਾ ਵੀ ਹੈ। ਉਹ ਆਪੇ ਛੱਕੇ ਮਾਰੀ ਜਾਂਦਾ ਲੱਖ ਵਾਲਾ। ਯਾਰ ਤੂੰ ਸਾਡੇ ਛੱਕੇ ਉਡਾਣੀ ਆਇਆ ਤੇ? ਨਹੀਂ ਉਹ ਲੱਖ ਰੁਪਏ ਦਾ ਬੈਟ ਯਾਰ, ਕੋ ਯਾ ਕਰੋ ਯਾਰ। 5-5 ਲੱਖ ਦਾ ਬੈਟ ਹੈ, ਕੀ ਹੋ ਗਿਆ ਵੈਰੀ ਬੈਡ? 5-5 ਲੱਖ ਰੁਪਏ ਦਾ ਬੈਟ ਜੀ ਤੁਹਾਡੇ ਕੋਲ? ਹਾਂ। ਸੈਕਿੰਡ ਹੈਂਡ ਬੈਟ ਹੈਗਾ ਤੁਹਾਡੇ ਕੋਲ? ਸੈਕਿੰਡ ਹੈਂਡ ਕੀ ਮਸਲਮ ਕਿ ਮੋਟਰਸਾਈਕਲ ਹੈ ਤੇ ਸੈਕਿੰਡ ਹੈਂਡ ਹੈ। ਤਾਂ 5 ਲੱਖ ਦਾ ਕਾਹਦੇ ਲਈ ਬੈਟ, ਮਤਲਬ ਕੀ ਉਹਦੇ ਚ? ਭਾਈ ਜਨ ਬੈਟ ਦੀਆਂ ਕਿਸਮਾਂ ਨੇ ਨਾ, ਕੁਆਲਿਟੀਆਂ ਨੇ। ਅੱਛਾ ਕੁਆਲਿਟੀਆਂ ਨੇ ਇਹਦੀਆਂ? ਹਾਂਜੀ ਬੈਟ ਦੀਆਂ ਜੀ ਜੀ। ਤੁਹਾਡੀ ਆਪਣੀ ਕੁਆਲਿਟੀ ਹੈ ਕੋਈ? ਮਸ ਅਮਰੀਕਾ ਦੀ ਕੁਆਲਿਟੀ ਮੈਨੂੰ ਖਰੀਦਣ ਆਏ ਤੁਸੀਂ? ਤੁਹਾਨੂੰ ਕਿਹਨੇ ਲੈਣਾ ਜੀ? ਤੁਹਾਨੂੰ ਘਰ ਦੇ ਪਤਾ ਨਹੀਂ ਕਹਿੰਦੇ ਲੈਣ? ਬਹੁਤ ਅੱਛੇ ਹੈ ਭਾਈ। ਅੱਛਾ ਇਹ ਹੈਗਾ ਕਿ ਬੈਟ ਤੁਹਾਡੇ ਕੋਲ ਅੱਛਾ ਵਾਲਾ ਜਿਹੜਾ ਜੀ? ਆ ਅੱਛਾ ਕਹਿੰਦੇ ਸਿਆਲਕੋਟ ਤੋਂ ਆਉਂਦਾ ਨਾ ਸਮਾਨ ਸਾਰਾ? ਸਿਆਲਕੋਟ ਦਾ ਹੀ? ਸਿਆਲਕੋਟ ਦਾ ਹੀ, ਹੋਰ ਕੁਝ ਨਾ ਲੈਦਾ? ਯਾਰ ਤੁਸੀਂ ਲੜਨ ਕਿਉਂ ਪੈਣ ਦਿਓ ਭਾਈ? ਦੁਕਾਨ ਚਲਾਉਣੀ ਕਿ ਨਹੀਂ ਭਾਈ ਜੀ? ਚਲਾਣੀ ਤੁਸੀਂ ਇੱਕੋ ਗੱਲ ਤੇ ਅੜ ਗਏ ਹੋ ਬੈਟ ਤੇ। ਬੈਟ ਮਸਕੇ ਅਤਨੀ ਉਹ ਕਹਿੰਦੇ ਨਾ ਸਿਆਲਕੋਟ ਤੋਂ ਬਣਦਾ ਸਾਰਾ ਸਮਾਨ? ਹਾਂ ਸਾਰਾ ਸਿਆਲਕੋਟ ਜ਼ਿਲ੍ਹਾ ਦਾ ਸਭ ਤੋਂ ਅੱਛਾ ਉੱਥੇ ਹੀ ਬਣਦਾ ਜੀ। ਆ ਸਰਜੀਕਲ ਦਾ, ਬੈਟਾਂ ਦਾ, ਬਿਲਕੁਲ ਸਾਰਾ ਕੰਮ ਉੱਥੇ ਹੀ ਹੁੰਦਾ। ਫੁੱਟਬਾਲ ਹਰ ਚੀਜ਼ ਉੱਥੇ ਬਣਦੀ। ਉੱਥੇ ਤੁਹਾਨੂੰ ਪਤਾ ਨਾ ਇਸ ਗੱਲ ਦਾ? ਹਾਂਜੀ। ਤੇ ਉੱਥੇ ਦੁਕਾਨ ਪਾ ਲਓ, ਐਡੀ ਦੂਰ ਤੋਂ ਸਮਾਨ ਚੁੱਕ ਕੇ ਲਿਆਉਂਦੇ ਹੋ ਯਾਰ? ਉੱਥੇ ਬੰਦਾ ਨੂੰ ਨੇੜੇ ਨਹੀਂ ਪੈਂਦਾ? ਉੱਥੋਂ ਸਮਾਨ ਮੰਗਾਈਦਾ ਮੇਰਾ ਭਾਈ। ਉੱਥੋਂ ਮੰਗਾਉਂਦੇ ਸਮਾਨ? ਹਾਂਜੀ। ਯਾਰ ਤੁਹਾਨੂੰ ਕਿੰਨੀ ਟੈਨਸ਼ਨ ਹੁੰਦੀ ਹੋਈ ਹੈ ਨਾ ਉੱਥੇ ਸਮਾਨ ਮੰਗਾ ਲੈ? ਯਾਰ ਮੇਰੀ ਟੈਨਸ਼ਨ ਹੈ, ਤੈਨੂੰ ਇਹਦੇ ਨਾਲ ਕੀ ਲੱਗਿਆ? ਤੂੰ ਆਪਣੇ ਗੱਲ ਕਰ ਕੰਮ ਦੀ। ਅੱਛਾ ਹਾਂ। ਆ ਨਹੀਂ ਅੱਛਾ ਬੈਟ ਜਿਹੜਾ ਅੱਛਾ ਵਾ ਉਹ ਦਿਖਾਓ ਕੋਈ ਮੈਨੂੰ। ਸਾਰੇ ਅੱਛੇ ਨੇ ਬੈਟ, ਮੈਂ ਤਾਂ ਦਾ ਦੇਣਾ ਬੈਟ ਕੋਈ ਦਿਖਾ ਦਿਓ ਨਾ ਇਹਨਾਂ ਚੋਂ। ਹਾਂਜੀ ਦੇਖੋ ਜਰਾ, ਦੇਖੋ ਇਹ, ਇਹ ਦੇਖੋ ਮਾਸ਼ਾਅੱਲਾ ਬੈਟ ਜਿਹੜਾ ਨਾ ਜੀ, ਇਹ ਸਿਰਫ ਬੋਲ ਆਂਦੀ ਦੇ ਰੇ ਤੇ ਗਰਾਉਂਡੋਂ ਬਾਹਰ ਸੁੱਟਦਾ ਜੀ। ਇੱਦਾਂ ਬਦਤਮੀਜ਼ ਹੈ ਯਾਰ। ਭਾਈ ਜਾਨ ਬਦਤਮੀਜ਼ ਕੀ ਹੈ ਇਹਦੇ ਚ? ਮਤਲਬ ਕਲਰ ਕੋ ਹੋਰ ਵਿਖਾਵੇ ਤੇ ਬਿਲਕੁਲ ਮੇਰੇ ਨਾਲ ਮੈਚ ਹੋ ਗਿਆ ਜੀ। ਚੱਕਾ ਲਓ ਇਹ, ਇਹ ਪਿਸਤੌਲ ਨਹੀਂ ਜਿਵੇਂ ਵੇਖਣ ਦੇ ਹੋ। ਅੱਛਾ ਇਹ ਅੱਗੋਂ ਮੁੜਿਆ ਕਿਉਂ? ਮਤਲਬ ਕਿ ਇਹ ਚੱਪੂ ਦਾ ਕੰਮ ਵੀ ਦਿੰਦਾ ਹੈ? ਅੱਛਾ ਤੁਸੀਂ ਨਾ ਮੁੜ ਜਾਓ। ਹੈ ਇਹ ਇਸ ਤਰ੍ਹਾਂ ਹੀ ਬਣਿਆ ਹੁੰਦਾ ਹੈ? ਉਹ ਬੇਲਚਾ ਟਾਇਪ ਹੈ ਹਨਾ? ਬੇਲਚਾ ਕੀ ਬਚਰੀ ਪਾਣੀ ਹੈ ਇਹਦੇ ਨਾਲ? ਨਹੀਂ ਯਾਰ ਕੋ ਸਿੱਧਾ ਜੇ ਬੈਠ ਨਹੀਂ ਗਿਆ ਤੇਰੇ ਕੋਲ ਤੇ ਬਿਲਕੁਲ ਮੂੰਹ ਮੋੜ ਗਿਆ ਸਾਡੇ ਕੋਲ। ਯਾਰ ਤੂੰ ਵੀ ਮੇਰੇ ਵੱਲੋਂ ਮੂੰਹ ਮੋੜ ਜਾ। ਹੈ ਅੱਧ ਹੋ ਗਈ ਤੇਰੇ ਵਾਲੀ ਬੈਠ, ਇਸ ਤਰ੍ਹਾਂ ਦੀ ਬੰਦੇ ਨੇ ਕੌਣ ਬਣਾਉਂਦਾ ਐਡੇ ਟੇਡੇ ਬੈਠ? ਯਾਰ ਕੋ ਕਾਰੀਗਰ ਕੋ ਅੱਛਾ ਰੱਖੋ ਭਾਜੀ। ਯਾਰ ਕੀ ਕਾਰੀਗਰ ਅੱਛਾ ਰੱਖੋ, ਅਸੀਂ ਮੰਜੀਆਂ ਬਣਵਾਣੀਆਂ ਉਹਦੇ ਕੋਲੋਂ। ਸਿਆਲਕੋਟੋਂ ਬੈਠ ਬਣ ਕੇ ਆਂਦੇ ਨੇ, ਇਸ ਤਰ੍ਹਾਂ ਹੀ ਹੁੰਦੇ ਨੇ। ਉਹ ਸਿਆਲਕੋਟੋਂ ਆਉਂਦਾ ਹੁੰਦਾ ਵਿੰਗਾ ਹੋ ਜਾਂਦਾ ਜੇ। ਇਹ ਤੂੰ ਪਹਿਲੇ ਹੁੰਦੇ ਹੋ ਟੁੱਪੇ? ਟੁੱਪੇ ਕੀ ਮਤਲਬ? ਉਹਨਾਂ ਨਾ ਕੋਈ ਉਹ ਧੁੱਪ ਲੱਗੀ ਤੇ ਉਹ ਚੀਜ਼ ਮੁੜ ਗਈ? ਨਹੀਂ ਬਣਾ ਕੇ ਅਸੀਂ ਛੱਤ ਤੇ ਸੁੱਟ ਦਿੰਦੇ ਆ ਯਾਰ। ਨਹੀਂ ਤੁਸੀਂ ਵੇਚਣਾ ਹੁਣ ਬੈਟ? ਵੇਚਣਾ ਹੀ ਹੈ ਭਾਈ ਜਾਨ। ਤੇ ਬੈਟ ਤੇ ਸਿੱਧੇ ਰੱਖੋ ਨਾ, ਇਹ ਤੇ ਬਿਲਕੁਲ ਐ ਯਸ ਸਿੱਧੇ ਕੀ ਹੁਣ ਮਸਲ ਕੋ ਦੱਸ ਨੂੰ ਕੋ ਤੂੰ, ਮੈਂ ਤੈਨੂੰ ਵਹਾ ਦੇਣਾ। ਨਹੀਂ ਮੈਂ ਵੇਖ ਰਿਹਾ ਐ, ਬਾਹਰ ਅੱਗ ਬਾਲ ਕਰਾਓ ਤੁਰਾ ਇੱਕ ਮਿੰਟ ਚੈੱਕ ਮਾਲ ਹੋ ਗਈ ਹੈ ਦੁਕਾਨ ਕੇ ਗਰਾਉਂਡ ਹੈ। ਨਹੀਂ ਯਾਰ ਬੈਟ ਤੇ ਵੈਸੇ ਠੀਕ ਹੈ। ਤੇ ਇਹ ਕਿੰਨੇ ਦਾ ਜੇ ਅੰਦਾਜ਼ਨ? ਇਹ ਤੁਹਾਡੇ
दर्जन हो गए फिर कोई रियायत होगी छे बैट कट्ठे ही कारोबारी उन्नती नहीं करनी समझ आई ना अगर 12 बैट लिए तो फिर हजार हजार घट जाएगा गोडी यार अच्छा विकटा भी है तेरे को विकटा हां जी विकटा भी है ने तो लौंदा नहीं इथे मैं इथे ला ला हैं तू गेंद करानी है मेनू अल्लाह ने तेनु हर चीज दी थी किड्डा ने शुक्र है बंदा यार तू यार विकटा इथे नहीं लाई दिया लोग साडे को लेके जांदे ने ते ओ की हिसाब विकटा दा की हिसाब है विकटा दा हिसाब रियायत कर लांगे तेरे नाल हर चीज रियायत कर लेनी तू बचाना कुछ नहीं दुकान चो बादशाह बेशक वो तो है ही बादशाह जी देखो कैसा हाल है कापे यार वेरी गुड यार तो सब तो बड़ा कापे ना हां ये सब तो बड़ा कापे तो बाकी मानदे ने जेड़े निक निक सारे छोटे वो इनां दा बढेरा है ओ हां बुढ़ा हो गया बेचारा की ਤੁਹਾਡੇ ਤੇ ਖੰਗ ਤਾ ਉਹਨੇ ਨਹੀਂ ਉਹ ਚਿੱਟੇ ਵੀ ਆਏ ਨਾ ਮੇਰੇ ਕੋ ਸੈਟਰ ਚ ਚਿੱਟੇ ਨਹੀਂ ਆਏ ਜਾਬ ਹੈ ਕਲਰ ਹੈਗਾ ਉਹਦਾ ਅੱਛਾ ਕਲਰ ਹੈਗਾ ਉਹਦਾ ਹਾਂ ਜੀ ਹੋਰ ਕੁਝ ਕਾਪੂਟੇ ਦੀ ਸੋਹਣੇ ਰੱਖੇ ਨੇ ਯਾਰ ਜੀ ਅੱਲਾ ਦਾ ਸ਼ੁਕਰ ਹੈ ਜੀ मुनाफकत नहीं पैदे ਸੱਤ ਰੱਪੀ ਕਹਿੰਦੇ ਨੇ
ਇਹਨੂੰ ਹਾਂਜੀ ਤੇ ਤੁਸੀਂ ਚੈੱਕ ਕਰਾ ਸਕਦੇ ਹੋ ਸੱਤ ਰੁਪਟੀ ਤੇ ਨਹੀਂ ਉਹ ਤੇ ਇੰਜ ਕਰਕੇ ਥੱਲੇ ਮਾਰੋ ਕਿਤੇ ਚੀਜ਼ ਉੱਪਰ ਆਣੀ ਜਾਣੀ ਹੈ ਇਹ ਸੱਤ ਰੁਪਟਾ ਮਤਲਬ ਕਿ ਕਿਸ ਤਰ੍ਹਾਂ ਇਹਦੀ ਆ ਸਰ ਇਹ ਨਾਂ ਹੁੰਦਾ ਹੈ ਸੱਤ ਰੁਪਟੀ ਬੋਲ ਸਿਰਫ ਨਾਂ ਹੀ ਹੁੰਦਾ ਹਾਂਜੀ ਸੱਤ ਰੁਪਟੀ ਦੀ ਕੁਆਲਿਟੀ ਹੈ ਭਾਈ ਜੀ ਮੈਂ ਤੁਹਾਨੂੰ ਦੇਣੇ ਨੇ ਪੈਸੇ ਮੈਂ ਸੱਤ ਰੁਪਟਾ ਪੂਰੀਆਂ ਕਰਾ ਕੇ ਲੈ ਕੇ ਜਾਣੀ ਯਾਰ ਸੱਤ ਰੁਪਟਾ ਮੈਂ ਜੋ ਕਿਸ ਤਰ੍ਹਾਂ ਪੂਰੀਆਂ ਕਰਕੇ ਤੈਨੂੰ ਉਹਨਾਂ ਨੂੰ ਪਾੜ ਕੇ ਤੈਨੂੰ ਬਾਵਾਂ ਕੇ ਜਾਣੂ ਸਾਡੀ ਦੁਕਾਨਦਾਰੀ ਨਹੀਂ ਹੈ ਗਾਗ ਨੂੰ ਮੁਤਮਿਨ ਕਰਨਾ ਤੁਹਾਡਾ ਫਰਜ਼ ਹੈ ਹਾਂ ਬਿਲਕੁਲ ਅਤ ਵਾਹੋ ਸੱਤ ਰੁਪਟਾ ਕਿ ਯਾਰ ਇਹ ਕਹਿ ਵੀ ਇਹ ਕਹਿ ਸੱਤ ਰੁਪਟੀ ਜੇ ਆ ਦੇਖੋ ਆ ਦੇਖੋ ਤੁਸੀਂ 1 2 3 3 ਰੁਪਟੀ ਤਿੰਨੇ ਨਾ ਹਾਂਜੀ ਤੇ ਚਾਰ ਦੇ ਅੰਦਰ ਨੇ ਰੁਪਟਾ ਹਾਂਜੀ ਖੋਲੋ ਇਹਨੂੰ ਪਹਿਲੇ ਮੈਨੂੰ ਰੁਪਟਾ ਪੂਰੀਆਂ ਕਰਾਓ ਫਿਰ ਮੈਂ ਤੁਹਾਡਾ ਅਗਲੀ ਗੱਲ ਕਰਦਾ ਅੱਛਾ ਮੈਨੂੰ ਖੋਲਾ ਤੁਹਾਨੂੰ ਪੂਰੀਆਂ ਕਰਾਵਾਂ ਤੇ ਮੇਰੇ ਕਿਸ ਕੰਮ ਦਾ ਰਹਿ ਗਿਆ ਨਹੀਂ ਤੇ ਮੈਂ ਤੁਹਾਨੂੰ ਬਿਲਾ ਵਜੇ ਪੈਸੇ ਦੇ ਜਾਂ ਤੇ ਸੱਤ ਰੁਪਏ ਨਾ ਨਿਕਲੇ ਕੌਣ ਤੋਂ ਮਿਲਾ ਭਾਈ ਯਾਰ ਹੈ ਹੀ ਸੱਤ ਰੁਪਏ ਤੁਸੀਂ ਲੈ ਜਾਓ ਸੱਤੇ ਖੈਰਾਂ ਨੇ ਇਹਨੂੰ ਤੁਹਾਨੂੰ ਵੀ ਤੇ ਸਾਨੂੰ ਵੀ ਹਾਂਜੀ ਚਲੋ ਬਾਰਲ ਇਹ ਤੇ ਹੋ ਗਈ ਆ ਸੱਤ ਰੁਪਏ ਗੇਮ ਜੀ ਜੀ ਬੜੀ ਛੋਟੀ ਛੋਟੀ ਹੈ ਕੀ ਗੱਲ ਹੈ ਮਤਲਬ ਕਿ ਛੋਟੀ ਛੋਟੀ ਤੁਸੀਂ ਐਸੇ ਰਹਿਸ਼ ਰੱਖਣੀ ਅੱਛਾ ਅਦੋਗੀ ਨਹੀਂ ਸੱਤ ਰੁਪਏ ਪਾ ਕੇ ਵੀ ਤੇ ਇੰਨੀ ਕੀ ਬਣੀ ਭਾਈ ਜਾਨ ਇਹ ਜ਼ੋਰਦਾਰ ਬੋਲੇ ਜ਼ੋਰਦਾਰ ਕੀ ਮਤਲਬ ਕਿ ਗਿਰਵੜ ਫੜ ਲੈਂਦੀ ਅਗਲੇ ਬੰਦੇ ਇਹ ਜਦੋਂ ਮਾਰੋ ਨਾ ਪਲੇਅਰ ਤੇ ਅਚਾਨਕ ਵੱਜੇ ਨਾ ਤੇ ਉਹਦੇ 14 ਤਬਕ ਰੋਸ਼ਨ ਹੋ ਜਾਂਦੇ ਨੇ ਇਹ ਅਡੀ ਟਾਇਰ ਬੋਲ ਨਹੀਂ ਇਹ ਨਹੀਂ ਫਚਾਈ ਰੱਖ ਦੋ ਅੱਛਾ ਜੀ ਅੱਛਾ ਇੱਕ ਫੁੱਟਬਾਲ ਜਿਹਾ ਹੁੰਦਾ ਜੀ ਬਾਲ ਛੋਟਾ ਜਿਹਾ ਫੁੱਟਬਾਲ ਟਾਈਪ ਨਹੀਂ ਹੁੰਦਾ ਹਾਂ ਹਾਂ ਉਹ ਪਿਆ ਆਪਣੇ ਕੋਲ ਇਹ ਟਾਈਪ ਨਹੀਂ ਹੁੰਦਾ ਅੱਛਾ ਹੁੰਦਾ ਹੈ ਹੁੰਦਾ ਉਹ ਐ ਤੇ ਨਹੀਂ ਪਿਆ ਮੇਰੇ ਖਲ ਨਾਲ ਹਾਂਜੀ ਹੈ ਜੋ ਫੁੱਟਬਾਲ ਜੀ ਇਹ ਦੇਖੋ ਨਾ ਜੀ ਆਪਣਾ ਇਹ ਛੋਟਾ ਹੈਗਾ ਇਹ ਵਾਲਾ ਛੋਟਾ ਫੁੱਟਬਾਲ ਐ ਦੇਖੋ ਨਾ ਇਹ ਫੁੱਟਬਾਲ ਮੈਂ ਕਹਿ ਰਿਹਾ ਸੀ ਵੈਰੀ ਗੁੱਡ ਯਾਰ ਤੇ ਇਹਨੂੰ ਲੈਣਾ ਲੂਣਾ ਕਾਦੀਆਂ ਲਾਈਆਂ ਇਹਨੂੰ ਮਤਲਬ ਕਿ ਸਰ ਜਿਹੜਾ ਦੀ ਡੈਕੋਰੇਸ਼ਨ ਬਣਾਈ ਸੀ ਕਸਟਮਰ ਜਰਾ ਦੇਖੇ ਉਹਨੂੰ ਪਸੰਦ ਆਏ ਏਡੀ ਕੀ ਚੀਜ਼ ਤੇ ਵੀ ਡੈਕੋਰੇਸ਼ਨ ਸ਼ੁਰੂ ਕਰ ਦਿੰਦੇ ਹੋ ਕਿੱਡੇ ਕੁ ਵਿਹਲੇ ਲੋਕ ਹੋ ਯਾਰ ਵਿਹਲੇ ਕਾਦੇ ਯਾਰ ਨਰਮੇ ਕਿ ਨਹੀਂ ਦੇਖੋ ਹੈ ਯਾਰ ਵੈਰੀ ਗੁੱਡ ਯਾਰ ਕੀ ਬਾਤ ਹੈ ਦੇਖਿਆ ਨਾ ਬਿਲਕੁਲ ਹੈ ਤਾਜ਼ਾ ਟੇਰ ਗਿਆ ਨਾ ਟੇਰੇਗਾ ਕੀ ਬਿਹਤਰੀਨ ਹੈ ਕੀ ਮਹਿਸੂਸ ਹੋ ਰਿਹਾ ਵੈਰੀ ਗੁੱਡ ਯਾਰ ਵਾਹ ਇਹ ਕਿੰਨੇ ਦਾ ਜੇ ਇਹ ਤੁਹਾਨੂੰ ਦੇ ਦੇਗੇ 200 ਦਾ ਐ ਇੱਕ ਇੱਕ ਤੇ ਅਗਰ ਇਹ ਦੋ ਦਰਜਨ ਹੋਣ ਮਤਲਬ ਕਿ 24 24 ਜੀ 24 ਦੇ 50 ਰੁਪਏ ਤੁਹਾਨੂੰ ਛੱਡ ਦੇਵਾਂਗੇ ਇੱਕ ਪਿੱਛੇ ਇਹ 150 ਦਾ ਹੋ ਜਾਏਗਾ ਹਾਂ 150 ਅਗਰ ਅਸੀਂ ਦੋ ਦਰਜਨ ਲਈਏ ਹਾਂਜੀ 24 ਤੇ 50 ਰੁਪਏ ਰਹਿ ਤੋ ਜੀ ਬੋਲ ਪਿੱਛੇ ਹਾਂਜੀ ਠੀਕ ਹੋ ਗਿਆ ਅੱਛਾ ਵੱਡਾ ਬੋਲ ਨਾ ਬੋਲ ਤੂੰ ਬੋਲ ਲੈਣਾ ਤੇ ਗੱਲ ਕਰ ਤੁਸੀਂ ਬੋਲ ਬੋਲ ਕੇ ਨਾ ਸਿਰ ਦਰਦ ਲਾਤਾ ਮੇਰੇ ਤੁਸੀਂ ਮੇਰੇ ਲਾਤਾ ਭਾਈ ਜਾਣਾ ਪਾਰਟਨਰਸ਼ਿਪ ਤੇ ਕੰਮ ਕੀਤਾ ਮੇਰੇ ਪਾਰਟਨਰ ਨਾਲ ਨਾਲ ਤੁਹਾਡੇ ਵੀ ਸਿਰ ਦਰਦ ਹੋ ਰਿਹਾ ਹਾਂ ਆਹ ਉਹ ਦੁਕਾਨ ਬੰਦ ਕਰਕੇ ਤਾਂ ਦੋਵੇਂ ਭਰਾ ਆਪਣੇ ਡਾਕਟਰ ਕੋਲ ਚਲੀਏ ਕਾਰੋਬਾਰ ਆ ਕੇ ਕਰ ਲਾਂਗੇ ਹੈ ਅੱਛਾ ਦੱਸੋ ਕੀ ਹਾਲ ਇਸ ਬਾਰੇ ਠੀਕ ਹੈ ਦੋ ਦਰਜਨ ਅਗਰ ਤੇ ਫਿਰ 50 ਰੁਪਏ ਘਟ ਜਾਣਗੇ ਬੋਲ ਠੀਕ ਹੋ ਗਿਆ ਹੋਰ ਤੁਸੀਂ ਵੀ ਹੁਣ ਘਟ ਜਾ ਨਹੀਂ ਮੈਂ ਤੇ ਬੜੀ ਦੇਰ ਦਾ ਘਟ ਗਿਆ ਹਾਂਜੀ ਹੋਰ ਬਸ ਤੇ ਇਹ ਆਪਣਾ ਇਹ ਕੀ ਲੁੱਡੋ ਜੇ ਕਿੱਥੇ ਜੀ ਹੈ ਵੇ ਇਹ ਹੋਰ ਕੀ ਬਤ ਕਹਿੰਦੇ ਪੈਰ ਰੱਖ ਕੇ ਜਾਈਦਾ ਅੱਛਾ ਲੁੱਡੋ ਵੇ ਹਾਂ ਲੁੱਡੋ ਵੇ ਇਹ ਦਰਵਾਜ਼ੇ ਕਿ ਨਹੀਂ ਪਈ ਹੁੰਦੀ ਮਤਲਬ ਕਿ ਉਹ ਜੋ ਆਪਣਾ ਮੈਟ ਸ਼ੈਟ ਟੈਪ ਮੈਚ ਨਹੀਂ ਹੈਗਾ ਲੁੱਡੋ ਇਹ ਉਹਨੇ ਦੇਖਿਆ ਜੀ ਲੁੱਡੋ ਹੈ ਜਮਾ ਲੋ ਪਾਓ ਕੀ ਤੁਸੀਂ ਦੁਨੀਆ ਨੂੰ ਲੁੱਟ ਰਹੇ ਹੋ ਇਹ ਮੈਟ ਤੇ ਉੱਤੇ ਤੁਸੀਂ ਲੁੱਡੋ ਛਾਪ ਕੇ ਤੇ ਦੁਨੀਆ ਨੂੰ ਲੁੱਟ ਰਹੇ ਹੋ ਕਿ ਜੀ ਲੁੱਡੋ ਭਾਈ ਜਾਨ ਲੁੱਡੋ ਬਣਾਈ ਹੈ ਮਜ਼ਬੂਤ ਗੱਤੇ ਵਾਲੀ ਨਹੀਂ ਨਾ ਹੈਗੀ ਪਾਰਟ ਪੁੱਟ ਜਾਂਦੀ ਹੈ ਹਾਂ ਇਹ ਘਰਾਂ ਵਾਲੇ ਲੈ ਜਾਂਦੇ ਨੇ ਜਰਾ ਦੇਰ ਤੱਕ ਚੱਲਦੀ ਰਹਿੰਦੀ ਹੈ ਨਹੀਂ ਇਹ ਤਾਂ ਦਰਵਾਜ਼ੇ ਦੇ ਬਾਹਰ ਪਿਆ ਹੁੰਦਾ ਯਾਰ ਕਮਰੇ ਦਾ ਨਹੀਂ ਉਹ ਨਹੀਂ ਗਦਰਵਾਸੀ ਵਾਲਾ ਭਾਈ ਇਹ ਕੀ ਹੋ ਗਿਆ ਤਾਂ ਲੁੱਡੋ ਚ ਪਾ ਕੇ ਤੇ ਕਹਤਾ ਬੇਵਕੂ ਬਣਾਇਆ ਦੁਨੀਆ ਨੂੰ ਤੁਸੀਂ ਯਾਰ ਮਤੇ ਸ਼ਰਮ ਨਹੀਂ ਆਉਂਦੀ ਤੁਹਾਨੂੰ ਤੇਰਾ ਦਿਮਾਗ ਖਰਾਬ ਹੈ ਯਾਰ ਕੀ ਤੇਰੇ ਤੋਂ ਪੈਰ ਰੱਖ ਕੇ ਜਾਈਦਾ ਹੈ ਓਏ ਯਾਰ ਲੁੱਡੋ ਹੈ ਭਾਈ ਮੇਰੇ ਲੋ ਆਪਣੇ ਛਾਪੇ ਰੱਖੇ ਤੂੰ ਲੁੱਡੋ ਛਾਪ ਲੈਂਦਾ ਰਾਤ ਨੂੰ ਉਹ ਜੋ ਕਾਰਪੇਟ ਬਾਹਰ ਪਿਆ ਦੂਜਾ ਪੈਰ ਰੱਖਣ ਵਾਲਾ ਇਹ ਕੀ ਇਹ ਇਹ ਲੁੱਡੋ ਹੈ ਯਾਰ ਅਗਰ ਦਸਤਰਖਾਨ ਵੀ ਬਣਾ ਸਕਦੇ ਹੋ ਤੁਸੀਂ ਇਹ ਤਾਂ ਦਸਤਰਖਾਨ ਵੀ ਹਾਂ ਵਾਹ ਜੀ ਵਾਹ ਉਹ ਇੰਨੀਆਂ ਚੀਜ਼ਾਂ ਬਣਾ ਲੈਂਦੇ ਦੀਆਂ ਹਾਂ ਜੀ ਅੱਲਾ ਦਾ ਸ਼ੁਕਰ ਹੈ ਜੀ ਹੈ ਨਹੀਂ ਦਸਤਰਖਾਨ ਵੀ ਤਾਂ ਬਣਾ ਲੈਂਦੇ ਹੋ ਹਾਂ ਲੁੱਡੋ ਵੀ ਇੱਥੇ ਖੇਡ ਲੈਂਦੇ ਹੋ ਇੱਥੇ ਖੇਡ ਲਿੱਤਾ ਕੀ ਗੁਰਬਤ ਆਲਮ ਹੈ ਤੁਹਾਡਾ ਯਾਰ ਸਾਰੇ ਕੰਮ ਇੱਕੋ ਚੀਜ਼ ਕੋ ਲਈ ਜਾਂਦੇ ਹੋ ਗੁਰਬਤ ਆਲਮ ਨਹੀਂ ਹੈਗਾ ਇਹ ਬਣਾਈ ਅਸਲੀ ਗਈ ਹੈ ਇਹ ਕਿੰਨੀਆਂ ਕਰਦੀ ਹੈ ਹੈ ਇਹ ਕਿੰਨੀਆਂ ਕਰਦੀ ਹੈ ਇਹ ਮੈਨੂੰ ਕੀ ਪਤਾ ਕਿੰਨੀਆਂ ਕਰਦੀ ਹੈ ਕਿੰਨੀਆਂ ਕਰਦੀ ਹੈ ਮੈਂ ਕਿਹਾ ਮਤਲਬ ਕਿੰਨੀਆਂ ਕਰਦੀ ਹੈ ਅੱਛਾ ਮੈਨੂੰ ਪੁੱਛਣਾ ਮੈਂ ਕਿਹਾ ਪਤਾ ਨਹੀਂ ਕਹਿੰਦਾ ਕਿੰਨੀ ਇਹ ਕਿੰਨੀਆਂ ਕਰਦੀ ਹੈ ਕਰਦੀ ਹੈ ਮੈਂ ਪੜਨੇ ਨੂੰ ਕਿੰਨੀਆਂ ਕਰਦੀ ਹੈ ਅੱਛਾ ਜੀ ਜੀ ਤੇ ਇਹ ਕਿੰਨੇ ਦੀ ਹੈ 1000 ਰੁਪਏ ਦੇ ਦੇਣਾ ਲੁੱਡੋ ਦਾ ਹਾਂਜੀ 1000 ਰੁਪਏ 1000 ਰੁਪਏ ਦਾ ਤੇ ਇਹਦਾ ਕਪੜਾ ਹੀ ਹੈ ਬਾਕੀ ਤੁਹਾਡੇ ਕੋਲ ਛਪਾਈ ਛੁਪਾਈ ਦਾ ਪੈਸੇ ਨਹੀਂ ਮੈਂ ਲੈ ਰਿਹਾ 1000 ਰੁਪਏ ਦਾ ਕਪੜਾ ਕਿ 2 ਪੀਸ ਪਾਇਆ ਨਹੀਂ ਕਿਹੜਾ 1000 ਰੁਪਏ ਦਾ ਕਪੜਾ ਇਹਦਾ ਯਾਰ ਕਪੜੇ ਦੀ ਬੰਦੀ ਹੈ ਯਾਰ ਕਿਹੜੀ ਉਹ ਆਲਾ ਲਾਉਣ ਦੇ ਵਿੱਚ ਬਣੀ ਮਤਲਬ ਕਿ ਉਹ ਮੈਟ ਮੈਟ ਦੇ ਉੱਤੇ ਲੁੱਡੋ ਛਾਪੀ ਤੂੰ ਮੈਟ ਤੇ ਕੀ ਮਤਲਬ 1000 ਰੁਪਏ ਦੀ ਲੁੱਡੋ ਦੇਣ ਦੇ
लूडो छापी यार तू कर चार दर्जन कर दे जे हजारे दे पिछे छड़ेगा 100 रुपया मैं कह रहा सी पिछे छड़ा ते जगराते हो रात दे आ रात दे जगराते मेरा कोई दादी सी मैं कह शायद दाड़ दुखदी रात सुते हां एक शादी से फंक्शन से रात उठे बड़े लेट हो फंक्शन भी कर दे तुसी खुसरे भी हो यार गया सब फंक्शन से शादी दा ते खुसरे फंक्शन ते जांदे हो और फंक्शन उनां दे घर हुंदा भी अदि फंक्शन लेके आ रहे तुसी घर ही ना चलो या तो मैंने मौत दे खूह ते वेख लिया यार तू मौत दे मुंह च आ खूह च नहीं हैगा सही कह रहा मैं मौत दे मुंह च ही हां हां टाइम दा ना करो गल करो की जाना टाइम केड़ा तेरा जाया होंडिया तेरा मैं कलाक ला लिया तेरा मैं हां गाहक और भी आने ने ना यार किथे आने ने गाहक तेरे फोन आया काका दा या तू काम मुकाएगा कि नहीं की लाने तो कम मुकान दड़िया मैं हां 10 और की चाहिए 1000 रुपए दा पीस एक हां जी अगर ये 6 होन तो फिर मैं कम क्या का 100 रुपए की पीस मगर छोड़ दे यार 100 रुपए की पीस मगर छोड़ दे ये के 200 दिया आ जाए हां जी अगर ये 6 पीस लिए हां जी बिल्कुल चलो ले आओ ठीक है देखो फिर रखो देख तो लई और मैं किन्नी देखा गल च पा ला इनू मैं देख ली मैं बढ़िया गल्ला करना यार तू वैसे वो गल्ला अच्छा और मैं इशारे करा तन्नू फिर ठीक है मैं कहूंगा गोहाले तो गूंगा है तू अच्छा और की पसंद कर लो चीज अच्छा वो अपना हेलमेट हैगा तेरे को हेलमेट हेलमेट केड़ा जी हेलमेट है जेड़ा पाई दे सिर ते आओ आओ है हेलमेट है हैगा ना हैगा तू केड़ा तेरे को तुसी तन केड़ा चाहिए नहीं वो जेड़ा सिर ते नहीं पाई दा हेलमेट यार बच्चे दा सिर ते ही पाई दा और लत्ता च पाई दा अच्छा हां तो वो हेलमेट तेरे को हैगा हैगा साडे कोल तो पा मैं के पावां सिर ते क्योंकि जो तेरा विहार है ना जो तेरी करतूतां ने तेनू पैनियां कितों दिमाग खराब हो गया मन का तो पैनियां भाई हेलमेट है ना हेलमेट है ना उथे गोदाम च पए ने इथे क्यों नहीं रखे तू भाई इथे नहीं ना रखे जो मुंडा आंदा ते वो सारा सामान कढेगा रखेगा आके हेलमेट भी है गोदाम भी है तुहाडा हां जी इन्ना कुछ बना लिया यार तुसी खुदा दी कसम अल्लाह दा शुक्र है रेट नहीं घटा रहे मतलब पकड़ होनी तुहाडी इन्ना गल्ला दुकान वखरी है गोदाम वखरे ने सारा कुछ बनाई जांदे हो रेट नहीं घटा रहे पकड़ का दी होनी है साडी अल्लाह माफ करे सफर है हेलमेट है घर हेलमेट है अच्छा वो हेलमेट मेनू चाहिए है कि तो ना क्रिकेट खेल दे मुंडे पाके आहो मेनू चाहिए असल रौला पता की है भरजाई तेरी है जूडो कराटे दी प्लेयर अच्छा मेरी वाइफ अच्छा अच्छा भाई वो भरजाई तेरी तेरी भरजाई अच्छा हां ठीक है रात बंदे शौक हों लेट जाना ये वो गुस्से चाहिए ना फिर फाइट टाइप काम रात मार दी नहीं नहीं दिन भी लेट जावा तो मार अच्छा चाहिए मैं कहना बचत हो जाए मिल जाएगा हैं ਤੁਸੀਂ ਉਹਦੀ ਲਾਤੀ ਬੜਵਾ ਦਿਓ ਹੁਣ ਆ ਕੇ ਕਮਾਰੇ ਤੂੰ ਰੇੜੀ ਤੇ ਪਾ ਕੇ ਮੰਗਦਾ ਫਿਰ ਉਹਨੂੰ ਐਸ ਤੋਂ ਅੱਛਾ ਕਿਹੜਾ ਕੰਮ ਹੈ ਉਹ ਤੇਰੇ ਕੋਈ ਸ਼ਰਮ ਯਾ ਹੈ ਤੈਨੂੰ ਆ ਕਹਦੀ ਸ਼ਰਮ مشورہ ਦਿੱਤਾ ਤੁਸੀਂ ਆਪਣੀਆਂ ਧੀਆਂ ਭੈਣਾਂ ਦੀ ਲੱਤਾਂ ਵੜਦੇ ਹੋ ਹਲੋ ਹਾਂ ਲੱਤਾਂ ਪਾਈ ਲੱਤਾਂ ਆਪੋ ਆਪਣੀਆਂ ਤੂੰ ਹਰ ਗੱਲ ਤੇ ਲੱਤ ਲਾਉਂਦੇ ਆ ਤੂੰ ਅੱਛਾ ਤੁਹਾਨੂੰ ਹੈਲਮਟ ਚਾਹੀਦਾ ਹੁਣ ਵਾਲਾ ਕਿ ਤੁਹਾਡਾ ਤਫਾ ਹੋ ਜਾਏ ਉਹ ਯਾਰ ਹੈਲਮਟ ਅੱਛਾ ਹੈਲਮਟ ਉਹ ਕਿੰਨੇ ਦਾ ਹੈਲਮਟ ਤੁਹਾਡੇ ਕੋਲ ਉਹ ਤੁਹਾਨੂੰ ਦੇ ਦੇਵਾਂਗੇ ਅਸੀਂ 1500 ਦਾ ਦੇ ਦੇ ਹੈ 1500 ਦਾ ਇਹਦਾ ਹਲਕਾ ਹੈਲਮਟ ਨਹੀਂ ਨਹੀਂ ਹਲਕਾ ਨਹੀਂ ਹੈਗਾ ਹਾਂ ਮਜ਼ਬੂਤ ਹੈ ਤੁਹਾਡੇ ਨੇ ਰਾਤ ਕੀਤੀ ਹੈ ਉਹ ਮੇਰੇ ਨਾਲ ਕਿਉਂ ਰਾਤ ਕਰੀ ਜਾਂਦਾ ਤੂੰ ਮੈਂ ਤੈਨੂੰ ਦੁਕਾਨ ਪਾ ਕੇ ਦਿੱਤੀ ਤੈਨੂੰ ਯਾਰ ਤੁਸੀਂ ਪਹਿਲੇ ਕਸਟਮਰ ਹੋ ਸਾਡੇ ਅੱਛਾ ਪਹਿਲਾ ਬੰਦਾ ਮੈਂ ਹੀ ਹਾਂ ਹਾਂ ਅਸੀਂ ਕਹਿੰਦੇ ਕਿਲਕਿਲ ਨਾ ਪਵੇ ਤਾਂ ਸੌਦਾ ਦੇ ਦਈਏ ਸਵੇਰ ਦੀ ਦੁਕਾਨ ਬੰਦ ਸੀ ਕੋਈ ਨਹੀਂ ਆਇਆ ਤੇਰੇ ਕੋਲ ਅਜਾ ਦੁਕਾਨ ਖੋਲਿਆ ਕੋ ਕਹਿੰਦਾ ਰੇੜੀ ਹੋਇਆ ਅੱਛਾ ਤੇ ਤੁਸੀਂ ਪਹਿਲੇ ਗਾਹਕ ਹੋ ਤਾਂ ਪਹਿਲਾ ਗਾਹਕ ਮੈਂ ਹੀ ਹਾਂ ਤੁਸੀਂ ਵਾਲਾ ਖੈਰ ਤੇ ਤੈਨੂੰ ਚਾਹੀਦਾ ਮੈਨੂੰ ਫ੍ਰੀ ਦੇ ਸਮਾਨ ਸਾਰਾ ਪਹਿਲਾ ਗਾਹਕ ਮੈਂ ਤੇਰਾ ਫ੍ਰੀ ਤੈਨੂੰ ਵਜਾ ਕੀ ਦਿਆ ਤੂੰ ਸਾਂਡੂ ਹੈ ਮੇਰਾ ਹੈ ਕਦੋਂ ਦਿਆ ਤੂੰ ਸਾਂਡੂ ਹੈ ਮੇਰਾ ਚਲ ਖੈਰ ਦਫਾ ਕਰ ਇਸ ਗੱਲ ਨੂੰ ਅੱਛਾ ਹੁਣ ਗੱਲ ਇਹ ਹੈ ਜੀ
अगर हेलमेट भी लेगी छे तो के हिसाब ना है यार तू बारह भैन लेने ने छे लूटो लेनिया ने बारह गेंद कह रहे हैं तू इना कुछ कितने की करना की तू दुकान पानी हो अपनी नहीं नहीं रेट की सा होएगा रेट और जब तनु गुंजाइश कर देंगे कुछ भी गुंजाइश हो जाए कर देंगे और जब चलो ठीक हो गया जी बुलावा मुंडा पैक करे है मुंडा बुलावा पैकिंग करे आओ बुला लेने मुंडा बुला लेने मुंडा अच्छा हुण गल ए है सुनया जी जी कि अच्छा टप्पण वाला रस्सा जेड़ा हुंदा है टप्पण वाला हां जी बहुत ज्यादा नहीं टपना मत के उधर मेरे ने को टपना वाला है नहीं तो टपना किन्ने है टपना किन्ने ਹੁੰਦਾ ਹੀ ਹੈ ਨਾ ਯਾਰ ਸਾਡਾ ਇੱਕ ਚਾਚਾ ਹੈਗਾ ਗੱਲ ਗੱਲ ਤੇ ਟੱਪਦਾ ਮੈਂ ਕਹਿੰਦਾ ਉਹਨੂੰ ਰੱਸਾ ਲੈ ਦਈਏ ਉਹ ਚਾਹੀਦਾ ਰੱਸਾ ਮਤਲਬ ਕਿ ਬਹੁਤ ਜ਼ਿਆਦਾ ਨਾ ਟੱਪੇ ਅੱਛਾ ਟੱਪਣ ਵਾਲਾ ਹਾਂਜੀ ਹਾਂਜੀ ਹਾਂ ਹਾਂ ਉਹ ਰੱਸਾ ਵੀ ਹੈ ਸਾਡੇ ਕੋਲ ਹੈਗਾ ਨਾ ਹੈ ਤੇ ਉਹ ਤੇਜ਼ ਨਹੀਂ ਟੱਪਣਾ ਮਤਲਬ ਕਿ ਦਰਮਿਆਨਾ ਜਿਹਾ ਟੱਪਣਾ ਤੇ ਉਹ ਕੀ ਮਤਲਬ ਹੈ ਯਾਰ ਟੱਪਣਾ ਉਹਨੇ ਮੇਗ ਰੱਸੇ ਨੇ ਟੱਪਣਾ ਦਰਮਿਆਨਾ ਹੋਵੇ ਤੇਜ਼ ਨਾ ਹੋਵੇ ਮੈਂ ਨਾ ਫਿਲਮਾਂ 'ਚ ਵੀ ਦੇਖਿਆ ਕਈ ਉਹ ਕਲਬਾਂ 'ਚ ਨਹੀਂ ਹੁੰਦੇ ਸੀਨ ਜਿਹੜਾ ਉਹ ਬੜਾ ਤੇਜ਼ ਟੱਪਣੇ ਉਹ ਤੇਜ਼ ਰੱਸਾ ਨਹੀਂ ਚਾਹੀਦਾ ਦਰਮਿਆਨਾ ਜਿਹਾ ਟੱਪਣ ਵਾਲਾ ਰਸਾ ਚਾਹੀਦਾ ਲੱਤਾਂ ਬੰਨਣ ਵਾਲਾ ਰਸਾ ਦੇ ਦੇ ਆ ਮੈਂ ਮੱਝਾਂ ਚੋਣ ਲੱਗਾ ਮੈਂ ਹਾਂ ਯਾਰ ਰਸਾ ਹੀ ਹੁੰਦਾ ਇੱਕੋ ਹੀ ਹੁੰਦਾ ਟੱਪਣ ਵਾਲਾ ਹੀ ਹੁੰਦਾ ਟੱਪਣ ਵਾਲਾ ਕੀ ਮਤਲਬ ਕਿ ਅੱਛਾ ਮੈਂ ਕਹਿੰਦਾ ਕੋ ਬਹੁਤਾ ਤੇਜ਼ ਨਾ ਘੁੰਮੇ ਰਸਾ ਯਾਰ ਬਹੁਤਾ ਤੇਜ਼ ਕੀ ਕੰਮੇ ਮੈਨੂੰ ਸਾਂਦ ਤੇ ਲਵਾਇਆ ਉਹ ਨਹੀਂ ਹੁੰਦਾ ਨਹੀਂ ਮੁੜ ਕਰਕੇ ਉਹ ਨਹੀਂ ਚਾਹੀਦਾ ਨਹੀਂ ਉਹ ਨਹੀਂਗਾ ਉਹ ਸਲੋ ਹੀ ਹੈ ਟੱਪਣ ਵਾਲਾ ਆਦਮੀ ਆਰਾਮ ਨਾਲ ਹੌਲੀ ਹੌਲੀ ਟੱਪ ਲੇਗਾ ਅੱਛਾ 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 ਨਹੀਂ ਇਹਨਾਂ ਨਾਲ ਕੋ ਟੱਪਦਾ ਹੋਵੇ ਰਸਾ ਤੇਜ਼ ਹੋ ਜਾਵੇ ਨਹੀਂ ਰਸਾ ਕਾ ਤੋ ਚੌਥੇ ਗੇਅਰ ਚ ਪਾ ਦੇਣਾ ਉਹਨੇ ਅੱਛਾ ਰਸਾ ਉਹ ਆਪਣੀ ਹਿਸਾਬ ਨਾਲ ਹੀ ਆਪਣੇ ਹਿਸਾਬ ਨਾਲ ਹੀ ਹੋਏਗਾ ਅੱਛਾ ਅੱਛਾ ਠੀਕ ਉਹ ਕਿੰਨੇ ਦਾ ਹੈਗਾ ਜੀ ਉਹ ਜਿਹੜਾ ਜੰਪਿੰਗ ਰੂਪ ਪਤਾ ਨਹੀਂ ਕੀ ਕਹਿੰਦੇ ਨੂੰ ਜੰਪਿੰਗ ਰੂਪ ਉਹ ਹੀ ਉਹ ਰਸਾ ਹੀ ਹੁੰਦਾ ਹੀ ਉਹ ਆ ਤੁਸੀਂ ਮੈਨੂੰ ਕੋਨੇ ਰਸਾ ਕੀ ਲੱਗ ਰਹੇ ਹੋ ਤੂੰ ਨਾ ਮੇਰਾ ਰਸਾ ਘੜਾ ਦੇ ਰੋ ਇਹ ਜਿਹੇ ਗੱਲਾਂ ਕਰਕੇ ਮੈਂ ਤਾਂ ਦੱਸ ਅੱਛਾ ਤੂੰ ਤਾਂ 500 ਦਾ ਦੇ ਦੇ ਉਹ ਟੱਪਣ ਵਾਲਾ ਹਾਂ ਜੀ ਤੇ ਅਗਰ ਉਹ 6 ਪੀਸ ਹੋਣ ਤੇ ਕਿੰਨੇ ਦਾ ਯਾਰ ਹਰ 6 ਪੀਸ 12 ਪੀਸ ਕਰੋ ਫਲ ਲੈਣਾ ਆਇਆ ਤੂੰ ਯਾਰ ਮਤਲਬ ਕੋ ਸਮਾਨ ਲੈਣਾ ਹੈ 6 ਪੀਸ ਕਰ ਦੇਾਂਗੇ ਰਹਿ ਰਹਿ ਦੋ ਜੀ ਉੱਚ ਵੀ ਆਓ 6 ਪੀਸ ਲੱਗਦੇ ਰਹਿ ਦੋ ਜੀ ਬਣਾਵਾ ਬਿੱਲ ਹੈ ਬਿੱਲ ਬਣਾਵਾ ਬਿੱਲ ਮੈਂ ਅੱਜ ਤਾਰ ਕੇ ਆਇਆ ਖੁਦਾ ਦੀ ਕਿਸਮ ਐਂਡ ਹੋ ਗਿਆ ਯਾਰ ਬਿੱਲ ਤੇ ਇਨੇ ਨਾ ਰਿਹਾ ਮੈਂ ਪਿਛਲੇ ਦੇ ਬਿੱਲ ਨਹੀਂ ਕਰ ਰਿਹਾ ਆਪਣੇ ਬਿੱਲ ਦੀ ਗੱਲ ਕਰ ਰਹੇ ਆ ਤੁਸੀਂ ਵੀ ਬਿੱਲ ਬਣਾਉਂਦੇ ਹੋ ਜੀ ਸੋਦੇ ਦਾ ਪਿਛਲੇ ਮਹੀਨੇ ਜਿਹੜਾ ਬਿੱਲ ਆਇਆ ਸਾਡੇ ਨਾਲ ਇਹਨਾਂ ਭੇਜਤਾ ਬਿੱਲ ਤੂੰ ਬਣਾਉਣਾ ਭਾਈਜਾਨ ਉਹ ਗਵਰਨਮੈਂਟ ਨੇ ਭੇਜਿਆ ਮੈਂ ਨਹੀਂ ਭੇਜਿਆ ਬਣਾਉਣਾ ਤੂੰ ਏ ਅਸੀਂ ਆਪਣਾ ਬਿੱਲ ਬਣਾਈਦਾ ਜਿਹੜਾ ਤੁਹਾਨੂੰ ਸਮਾਨ ਦੇਣਾ ਹੈ ਅੱਛਾ ਆਪਣਾ ਬਿੱਲ ਆ ਬਣਾ ਲੈਂਦੇ ਹੋ ਤੇ ਹੋਰ ਮੈਂ ਬਾਹਰੋਂ ਬਣਵਾਉਣਾ ਕਿਸੇ ਕੋਲੋਂ ਯਾਰ ਤੇ ਗੈਰ ਕਾਨੂੰਨੀ ਨਹੀਂ ਆਪਣਾ ਬਿੱਲ ਆ ਬਣਾ ਲੈਂਦੇ ਕਾਹਦੀ ਗੈਰ ਕਾਨੂੰਨੀ ਨਹੀਂ ਉਹ ਤੁਸੀਂ ਆਪਣਾ ਬਿੱਲ ਆ ਬਣਾਈ ਜਾਂਦੇ ਹੋ ਤੇ ਸੋਦੇ ਦਾ ਬਿੱਲ ਆ ਵੀ ਬਣਾਣਾ ਹੈ ਸੀ ਅੱਛਾ ਸੋਦੇ ਦਾ ਬਿੱਲ ਮੈਂ ਕਹਾਂ ਪਤਾ ਨਹੀਂ ਬਿੱਲ ਬਣਾਉਂਦੇ ਆ ਬਿੱਲ ਬਣਾਉਂਦੇ ਆ ਪਾਗਲਾ ਚਲੋ ਠੀਕ ਹੋ ਗਿਆ ਹੁਣ ਗੱਲ ਇਹ ਹੈ ਕਿ ਮੈਨੂੰ ਚਾਹੀਦਾ ਭਾਈਆਂ ਨੇ ਲੁੱਡੋ ਦਾ ਦਾਣਾ ਇਹ ਤੁਹਾਡੇ ਕੋਲ ਹੈ ਨਾ ਹਾਂ ਕੋਈ ਇੱਕ ਦਾਣਾ ਦੇ ਦਿਓ ਤੇ ਇੱਕ ਡੱਬੀ ਦੇ ਦਿਓ ਬਸ ਇਹ ਹੈ ਇੱਕ ਦਾਣਾ ਹਾਂਜੀ ਇੱਕ ਡੱਬੀ ਭਾਜੀ ਵਧੀਆ ਦੀ ਡੱਬੀ ਬਿਹਤਰੀਨ ਹੋਰ ਕੁਝ ਨਹੀਂ ਲੈਣਾ ਹੈ ਇੱਕ ਦਾਣਾ ਤੇ ਇੱਕ ਡੱਬੀ ਹਾਂਜੀ ਇੱਕ ਦਾਣਾ ਬਸ ਤੇ ਇੱਕ ਡੱਬੀ ਦਾਣੇ ਦੋ ਕਰ ਦਿਓ ਬਲਕਿ ਇੱਕ ਗਵਾਜ ਵੀ ਜਾਂਦਾ ਓਏ ਤੇਰਾ ਦਾਣਾ ਪਾਣੀ ਕਿਤੇ ਲਗਾ ਜਾਏ ਓਏ ਕੀ ਤੇਰਾ ਦਿਮਾਗ ਖਰਾਬ ਹੈ ਜੱਥ ਮਗਰੋਂ ਲੈ ਜਾ ਮੈਂ ਮਾਰਨਾ ਕਿਤੇ ਤੇਰੇ ਮਾਰਨੀ ਮੂੰਹ ਤੇ ਵਜਾ ਟੰਡਾ ਹੋ ਗਿਆ ਕਪਾਂਦੇ ਕਿ ਤੂੰ ਕਹਿ ਰਿਹਾ ਇੱਕ ਦਾਣਾ ਇੱਕ ਡੱਬੀ ਦੇ ਦੇ ਤੇ ਦਾਣੇ ਮੈਂ ਤੈਨੂੰ ਕਹਿ ਰਹੀ ਦੋ ਕਰ ਦੇ ਤੂੰ ਦਾਣੇ ਦੋ ਕਰ ਦੇ ਤੇਰੇ ਕੋ ਹੈ ਦੋ ਦਾਣੇ ਜਾ ਯਾਰ ਸਵੇਰੇ ਸਵੇਰੇ ਕਪਾਂਦੇ ਜਾ ਮਗਰੋਂ ਲੈ ਜਾ ਜਾ ਮੁੰਡੇ ਨੂੰ ਗੱਲ ਕਿਤਾਬ ਚ ਮਗਾ ਦੋ ਦਾਣੇ ਤੇ ਜਾਨ ਛੱਡ ਮੇਰੇ ਅਰੇ ਦਾਣੇ ਬਣਾਵਾ ਤੇਰੇ ਕੋ ਤੇ ਕੁਕੜੀ ਰੱਖੀਏ ਤੂੰ ਯਾਰ ਤੂੰ ਸਮਾਨ ਨਹੀਂ ਵੇਚਣਾ ਨਹੀਂ ਤੂੰ ਯਾਰ ਤੂੰ ਅੱਧਾ ਘੰਟਾ ਹੋ ਗਿਆ ਘੰਟਾ ਮੇਰਾ ਦਿਮਾਗ ਖਾ ਗਿਆ ਇੱਕ ਡੱਬੀ ਮੇਰੀ ਜਾਨ ਦੋ ਦਾਣੇ ਕਰ ਦੇ ਚੱਲ ਬਾਹਰ ਨਿਕਲ ਹੈਲੋ ਹੈਲੋ ਕੀ ਆ ਗਫੂਰ ਗਫੂਰ ਸ਼ੀਸ਼ੇ ਤੋਂ ਬਾਹਰ ਆਵਾਜ਼ ਆਂਦੀ ਗਫੂਰ ਨੂੰ ਅਰੇ ਬਾਹਰ ਕੱਢ ਯਾਰ ਉਹ ਕਾਦ ਨਹੀਂ ਬਾਹਰ ਕੱਢ ਯਾਰ ਤੂੰ ਜਾਣਾ ਕਿ ਨਹੀਂ ਪਾਉਂਗਾ ਤੂੰ ਸਮਾਨ ਵੇਚ ਆਪਣਾ ਕਾਦਾ ਸਮਾਨ ਵੇਚਾਂ ਲਿਆ ਦਾਣੇ ਮਗਾ ਦੇ ਡੱਬੀ ਮਗਾ ਤੋ ਫੜਾ ਕਿੱਥੋਂ ਦਾਣੇ ਮਗਾਵਾ ਕੋਈ ਦਾਣੇ ਨਹੀਂ ਚੱਲ ਬਾਹਰ ਨਿਕਲ ਕੰਮ ਨਹੀਂ ਕਰਨਾ ਤੂੰ ਮੈਂ ਕਹਿੰਦਾ ਮੈਂ ਇੱਕ ਮਾਰਨੀ ਹੈ ਤੇਰੇ ਤੇ ਤੇਰਾ ਦਿਮਾਗ ਪਾੜ ਦੇਣੀ ਮੈਂ ਐ ਸਲੂਕ ਕਰ ਦਿਓ ਗਾਗ ਨਾਲ ਇੱਕ ਕੁੱਜੀ ਤੇ ਦੋ ਦਾਣੇ ਲੁੱਡੋ ਮਾਰੇ ਛਾਲਾ ਜਾ ਯਾ ਤੇਰੀ ਮਿਹਰਬਾਨੀ ਜਾ ਤੂੰ ਮਗਾ ਤੂੰ ਫੜਾਵਲ ਮੁੰਡੇ ਨੂੰ ਕਹਿ ਚੱਲ ਯਾਰ ਜਾ ਕੋਈ ਨਹੀਂ ਮਗਾ ਅੱਛਾ ਤੂੰ ਨਿਕਾ ਤੇਰੇ ਕੋਲ ਨਹੀਂ ਹੈਗੇ ਗਦਾਮ ਚ ਪਏ ਕਿ ਨਹੀਂ ਦਾਣੇ ਹੁਣ ਗਦਾਮ ਚ ਜਾਈਏ ਤੇਰੇ ਅਸੀਂ ਇੱਕ ਕੁੱਜੀ ਤੇ ਦੋ ਦਾਣੇ ਲੈਣਾ ਸੀ ਆ ਤੇ ਜਾ ਮਗਾ ਤੂੰ ਚੱਲ ਬਾਹਰ ਕੱਢ ਯਾਰ ਉਹ ਕਿਹਨੂੰ ਕਹਿਣ ਦੇ ਆ ਤੂੰ ਬਾਹਰ ਕੱਢ ਨੂੰ ਜਿਹੜਾ ਮੁੰਡਾ ਰੱਖਿਆ ਤੇਰਾ ਹਾਂ ਤੇ ਤੂੰ ਵੀ ਕੋ ਬਾਹਰ ਕੱਢਣ ਦੇ ਆ ਤੂੰ ਕੱਢ ਦੇ ਤੈਨੂੰ ਹੱਥ ਨਹੀਂ ਲਾਣ ਦੇ ਯਾਰ ਹੱਥ ਨਾ ਸੜ ਜੇ ਉਹਦਾ ਉਹਨੂੰ ਕਿਉਂ ਬਾਹਰ ਕੱਢਣ ਦੇ ਆ ਤੂੰ ਜਾ ਸ਼ਾਬਾਸ਼ ਜਾ ਸ਼ਾਬਾਸ਼ ਲਿਆ ਫਿਰ ਕਰ ਪੈਕ ਫਟਾਫਟ ਮੈਂ ਜਾਣਾ ਮੇਰੇ ਕੋ ਟਾਈਮ ਨਹੀਂ ਹੈਗਾ ਉਹ ਮਗਾ ਸ਼ਾਪਰ ਸੁਪਰ ਕੀ ਮਗਾਣੀ ਕੋ ਕਾਟਨ ਸੋਣਾ ਦਾਣਾ ਤੇ ਉਹ ਡੱਬੀ
ਛਾਪਰ ਚ ਪੈਕ ਕਰਨਾ ਹਾਂਜੀ ਪੈਕ ਕਰਨਾ ਉਹਨੂੰ ਮੈਂ ਲੈ ਕੇ ਕਿੱਥੇ ਲੈ ਕੇ ਜਾਵਾਂਗਾ ਮੈਂ ਇੱਕ ਕੁਝੀ ਦੋ ਦਾਣੇ ਹਾਂਜੀ ਛਾਪਰ ਚ ਪੈਕ ਕਰਾਂ ਤੇ ਕਰਨਾ ਉਹ ਕਾਹਦੇ ਚ ਕਰਨਾ ਹੀ ਉਹ ਕਾਰਟਨ ਮੰਗਾ ਲਾ ਕੋਈ ਚੀਜ਼ ਮੰਗਾ ਜਾ ਕਿਸੇ ਮੇਰੇ ਮੂੰਹ ਗਾਲ ਸੁਣਨਾ ਨਿਕਲਿਆ ਤਾ ਓਏ ਅਰੇ ਚੱਲ ਪੱਤ ਮੇਸ ਫੁੱਲੂ ਦਾ ਪਠਾ ਦੱਸ ਮੈਂ ਆਪ ਲੈ ਆਣਾ ਤੂੰ ਜਾ ਕੇ ਓਏ ਨਿਕਲ ਆ ਤੋਏ ਗੋਦਾਮ ਕਿੱਥੇ ਤੇਰਾ ਗੋਦਾਮ ਕਿ ਪੱਥਣ ਕਿ ਧੋਣਾ ਜਾ ਕੇ रेट दस तू मैं रेट निकल जा।